बिस्मिल्लाह रहमान रहीम। लोग किस कदर दुखां च शामिल ने, किस कदर दुखां च घिरे हुए ने कि एक ऐसा मियाँ बीवी जो दोनों बीमार ने, उन्हों को इलाज वास्ते पैसे भी कोई नहीं। एक पुत्र से जो आसरा सगा कि जो बाहरों गत्ता गुत्ता चुकता सगा तो उन्होंने वेच के कबाड़ वाले को कुछ घर का सिस्टम चलता सगा, लेकिन वह भी जवानी की मौत मर गया तो पिछले दोनों अकेले रह गए। तारा जी आओ चलते हैं। अस्सलाम वालेकुम जी, सारा जी बैठो। की नाम जी अपना? गुलाम अब्बास। गुलाम अब्बास, हाँ जी। तो कितनी उम्र अपनी? मेरी तकरीब 50-55 साल है जी। अच्छा, तो क्यों रोंदे हो? क्यों भेजे? बज्जू जी मेरा फट गया, 3 साल हो गए। अच्छा, कोई इलाज नहीं, कोई गल नहीं, कोई पैसा नहीं, किराए ते मकान ते रहने असीं, कोई बेटा नहीं हैगा जिहड़ा सानूं संभाल ले दुआ। ਤੇ ਤੁਸੀਂ ਬਿਮਾਰ ਹੋ? ਹਾਂਜੀ, ਨਾਲ ਹੋ ਜੀ ਮੇਰੀ ਭੈਣ ਨਾਲ। ਇਹਦਾ ਵੀ ਪਿੱਤੇ ਪੱਥਰੀਆਂ ਜੀ। ਅੱਛਾ, ਉਹ ਪੈਸੇ ਮੰਗਦੇ ਨੇ ਬਹੁਤ ਡਾਕਟਰ, ਸਾਡੇ ਕੋਲ ਪੈਸਾ ਨਹੀਂ ਜੀ। ਤੇ ਕਿਤਨੇ ਪੈਸੇ ਮੰਗਦੇ ਨੇ? लोग किस कदर दुख की गल आ, किस कदर अंदरों आंसू जो निकलते पे ने, इस दुख ना निकलते पे ने कि बेआसरा ने। और पाकिस्तान के अल्लाह पाक ऐसा सिस्टम ला दे मेरे मौला, अल्लाह पाक ऐसा सिस्टम ला दे, अल्लाह पाक इन्होंने वास्ते कोई ऐसा सिस्टम ला दे कि लोग इन्होंने वास्ते माशरे में हुकूमत की सतह पर कोई ऐसा प्रोग्राम बन जाए जेडे लोगों वास्ते, जिस अस लभ लभ के इन्हों को आने तो कितने दूर मैं इन्होंने को आया वहाँ, मैं पता लगा कि दोनों बीमार ने और कोई दवाई वास्ते पैसे है नहीं गए। तो बहुत दुख है इस गल तो, इन्ने परेशान हो तो असी इस वे लियाओ जी इन्होंने वास्ते राशन लियाओ। सब तो पहले ਭੈਣ ਜੀ ਚੁੱਪ ਕਰੋ। ਹਾਂਜੀ ਭਾਈ, ਹਾਂ ਭੈਣ ਜੀ, ਅੱਲਾਹ ਪਾਕ ਸਵਾਬ ਪੈਦਾ ਕਰਦਾ, ਇਨਸ਼ਾਅੱਲਾਹ ਤੁਹਾਡੇ ਵਾਸਤੇ ਕੁਝ ਬੰਦੋਬਸਤ ਕਰਦੇ ਹਾਂ ਇਲਾਜ ਵਾਸਤੇ ਵੀ। ਲਿਆਓ ਜਿਹਨਾਂ ਵਾਸਤੇ ਰਾਸ਼ਨ ਲਿਆਓ ਸੂ। ਆਮੀਨ। ਇੱਥੇ ਜਾ ਕੇ ਅੱਗੇ ਰੱਖੋ, ਤੁਹਾਨੂੰ ਮਹੀਨੇ ਬਾਅਦ ਆਇਆ ਕਰੇਗਾ, ਜ਼ਰੂਰ ਆਇਆ ਕਰੇਗਾ, ਜਿਸ ਤਰ੍ਹਾਂ ਵੀ ਹੋ ਸਕੇ ਨਾ ਅਸੀਂ ਤੁਹਾਨੂੰ ਰਾਸ਼ਨ ਜ਼ਰੂਰ ਮਹੀਨੇ ਬਾਅਦ ਪਹੁੰਚਾਇਆ ਕਰੇਗਾ। ਇਹਦੇ ਵਿੱਚ ਨਾ ਹਰ ਉਹ ਚੀਜ਼ ਹੈ ਜਿਸ 'ਚ ਤੁਹਾਡਾ ਪੂਰਾ ਮਹੀਨਾ ਲੰਘੇਗਾ, ਕਮੀ ਨਹੀਂ ਹੋਏਗੀ ਕੋਈ। ਦਾਲਾਂ, ਚਾਵਲ, ਸਾਬਣ, ਘਿਓ, ਸਵਈਆਂ, ਹਰ ਚੀਜ਼ ਮੇਰੀ ਭੈਣ ਦੇ ਵਿੱਚ ਹੈ, ਠੀਕ ਹੈ। ਆਟਾ ਕਿੰਨਾ ਲੱਗਦਾ ਵੀ ਇੱਕ ਮਹੀਨੇ ਤੁਹਾਡਾ? ਕੋਈ ਆਸਾਨ ਨੀ ਜੇ, ਅਸੀਂ ਤੁਹਾਨੂੰ ਕੋਈ ਖੈਰਾਤ ਨਹੀਂ ਦੇਣਾ ਹੈ, ਤੁਹਾਡੇ ਤੇ ਕੋਈ ਆਸਾਨ ਨਹੀਂ ਕਰਨਾ ਹੈ। ਅਸੀਂ ਅੱਲਾਹ ਪਾਕ ਦੇ ਸ਼ੁਕਰ ਗੁਜ਼ਾਰ ਹੋਵਾਂਗੇ ਕਿ ਸਾਨੂੰ ਰੱਬ ਨੇ ਤੁਹਾਡੇ ਕੋਲ ਅਸੀਂ ਪਹੁੰਚ ਗਏ ਹਾਂ ਔਰ ਤੁਸੀਂ ਇਹਨੂੰ ਕਬੂਲ ਕਰ ਲਓ। ਅੱਲਾਹ ਤੁਹਾਡੀ ਕਬੂਲੀ ਕਰੇ। ਤੇ ਮੇਰੀ ਭੈਣ ਜੀ, ਜਿਹਨਾਂ ਜਿਹੜੇ ਵਸੀਲਾ ਬਣੇ ਨੇ ਜਿਹੜੇ ਏਡੇ ਦੂਰੋਂ ਆਏ ਜੇ, ਅੱਲਾਹ ਮੀਆਂ ਤੁਹਾਨੂੰ ਵੀ ਰੱਬ ਤੁਹਾਡੀ ਨੇਕੀ ਲਿਖੇ। ਜਿਹੜੇ ਭੈਣ ਜੀ ਵਸੀਲਾ ਬਣੇ ਨੇ ਉਹਨਾਂ ਸੇ ਦੁਆ ਕਰਿਓ ਕਿ ਅੱਲਾਹ ਪਾਕ ਉਹਨਾਂ ਸੇ ਮੁਸ਼ਕਲਾਂ ਦੂਰ ਕਰ ਦੇ ਉਹਨਾਂ ਦੀਆਂ, ਉਹਨਾਂ ਸੇ ਆਸਾਨੀਆਂ ਪੈਦਾ ਕਰ ਦੇਵੇ। ਔਰ ਮੈਂ ਯਕੀਨ ਦਿਵਾਉਂਦਾ ਵਾਂ ਕਿ ਇਨਸ਼ਾਅੱਲਾਹ ਤੁਹਾਡੇ ਇਲਾਜ ਵਾਸਤੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ, ਠੀਕ ਹੈ। ਔਰ ਇਸ ਮੌਕੇ 'ਤੇ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਵਾਂ, ਵੇਖੋ ਇਸ ਬੰਦੇ ਦੇ ਅੱਥਰੂ ਵੱਲ ਦੇਖੋ, ਇਸ ਬੰਦੇ ਰੋਣ ਵੱਲ ਦੇਖੋ, ਇਸ ਬੀਬੀ ਦੇ ਆਂਸੂ ਵੱਲ ਦੇਖੋ ਕਿ ਕਿਸ ਕਦਰ ਦੁਖੀ ਨੇ ਹੋ, ਕਿਸ ਕਦਰ ਤਕਲੀਫ ਦੇ ਵਿੱਚ ਨੇ। ਮਕਾਨ ਵੀ ਕਿਰਾਏ ਦਾ, ਕੋਲ ਪੈਸਾ ਕੋਈ ਨਹੀਂ ਗਾ, ਇਲਾਜ ਵਾਸਤੇ ਪੈਸਾ ਕੋਈ ਨਹੀਂ, ਘਰ 'ਚ ਰਾਸ਼ਨ ਕੋਈ ਨਹੀਂ ਗਾ। ਕਿਸਾਂ ਸ਼ਾਮ ਨੂੰ ਵੇਖਦੇ ਹੋਣਗੇ ਕਿ ਕਿਹੜੇ ਚੌਧਰੀ ਦੇ ਘਰੋਂ ਰੋਟੀ ਆਵੇ, ਕਿਹੜੇ ਜ਼ਿਮੀਂਦਾਰ ਦੇ ਘਰੋਂ ਪੁਰਾਣਾ ਵਿਆਹ ਸਾਲਣ ਆਵੇ। ਉਹ ਖੁਦਾ ਦਾ ਖੌਫ ਕਰੋ, ਇਹਨਾਂ ਵਾਸਤੇ ਅਸੀਂ ਇੱਕ ਘਰ, ਇੱਕ ਪੂਰਾ ਮਹੱਲਾ ਮਿਲ ਕੇ ਨਹੀਂ ਸੰਭਾਲ ਸਕਦੇ। ਇਹ ਗੱਲ ਲੋਕੀ ਫਰਿੱਜਾਂ 'ਚੋਂ ਕੱਢ ਕੇ ਦੇ ਜਾਂਦੇ, ਪਤਾ ਨਹੀਂ ਕਿੰਨਿਆਂ ਦਿਨਾਂ ਦਾ ਪਿਆ ਹੁੰਦਾ। ਓਏ ਹੋਏ ਹੋਏ, ਅੱਲਾਹ ਦਾ ਸ਼ੁਕਰ ਕਰੀਦਾ ਵੀ ਅੱਲਾਹ, ਫਿਰ ਵੀ ਅੱਲਾਹ ਸ਼ੁਕਰ ਅਦਾ ਕਰਦੇ ਆ। ਤੇ ਮੈਂ ਆਪਣੇ ਰੱਬ ਕੋਲ ਉਮੀਦ ਰੱਖਦਾ ਵਾਂ ਕਿ ਰੱਬਾ ਜਿਹੜੇ ਲੋਕ ਨੇ ਇਹਨਾਂ ਨੂੰ ਸ਼ਊਰ ਆ ਜਾਏਗਾ, ਇਹਨਾਂ ਨੂੰ ਅਕਲ ਆ ਜਾਏਗੀ ਕਿ ਉਹ ਆਪਣੇ ਇਰਦ ਗਿਰਦ ਵੇਖਣਗੇ ਇਹਨਾਂ ਦਿਲ ਜਿਹੜੇ ਸਖਤ ਦਿਲ ਨੇ। ਪੈਸਾ ਬੇਸ਼ੁਮਾਰ ਆ, ਦੌਲਤ ਬੇਸ਼ੁਮਾਰ ਆ, ਲੇਕਿਨ ਪੱਥਰ ਦਿਲ ਨੇ, ਸਖਤ ਦਿਲ ਨੇ। ਅੱਲਾਹ ਪਾਕ ਇਹਨਾਂ ਦਿਲ ਨਰਮ ਕਰ ਦੇ, ਇਰਦ ਗਿਰਦ ਵੇਖਣ ਕਿ ਕੋਈ ਭੁੱਖਾ ਨਾ ਰਾਤ ਨੂੰ ਸੋਵੇ, ਕਿਸੇ ਦਾ ਲਿਬਾਸ ਬੇਲਿਬਾਸ ਨਾ ਹੋਵੇ, ਕਿਸੇ ਪੈਰ 'ਚ ਜੁੱਤੀ ਬਗੈਰ ਨਾ ਹੋਵੇ, ਉਹਨਾਂ ਵਾਸਤੇ ਘਰ ਦੇ ਆਸਾਨੀਆਂ ਪੈਦਾ ਹੋਣ। ਅਤੇ ਭੈਣ ਜੀ ਤੁਸੀਂ ਸਾਡੇ ਵਾਸਤੇ ਦੁਆ ਕਰਿਓ ਇਨਸ਼ਾਅੱਲਾ। ਹਾਂ, ਅੱਜ ਤੋਂ ਬਾਅਦ ਰੋਣਾ ਨਹੀਂ, ਤੁਹਾਡੇ ਵਾਸਤੇ ਦਵਾਈ ਦਾ ਬੰਦੋਬਸਤ ਭੈਣ ਜੀ 7 ਵਜੇ ਤੁਹਾਡਾ ਕਰਾਂਗੇ। ਇਹਨਾਂ ਵਾਸਤੇ ਕੋਸ਼ਿਸ਼ ਕਰਾਂਗੇ ਕਿ ਰੱਬ ਇਹਨਾਂ ਵਾਸਤੇ ਕੋਈ ਆਸਾਨੀ ਪੈਦਾ ਕਰ ਦੇਵੇ, ਠੀਕ ਹੈ। ਹਾਂਜੀ, ਹੋਰ ਤੁਹਾਨੂੰ ਘਰ 'ਚ ਕਿਹੜੀ ਜ਼ਰੂਰਤ ਹੈ? ਕੋਈ ਬਿਸਤਰੇ ਦੀ, ਕੋਈ ਚਾਦਰ ਦੀ, ਕੋਈ ਕਿਹੜੀ ਜ਼ਰੂਰਤ ਹੈ ਮੇਰੀ ਭੈਣ? ਕੱਪੜਿਆਂ ਦੀ ਨਹੀਂ, ਕੋਈ ਨਹੀਂ, ਬਿਸਤਰੇ ਕੱਪੜੇ ਤੁਹਾਡੇ ਵਾਸਤੇ ਭੇਜਾਂਗੇ, ਕੱਪੜੇ ਵੀ ਤੁਹਾਡੇ ਵਾਸਤੇ ਭੇਜਾਂਗੇ, ਠੀਕ ਹੈ। ਅਤੇ ਗਰਮੀਆਂ ਵਾਸਤੇ ਤੁਹਾਡੇ ਵਾਸਤੇ ਹੋਰ ਚੀਜ਼ਾਂ ਵੀ ਭੇਜਾਂਗੇ, ਠੀਕ ਹੈ ਮੇਰੀ ਭੈਣ ਜੀ। ਅਤੇ ਤੁਹਾਡੇ ਵਾਸਤੇ ਦੁਆ ਕਰਿਓ ਕਿ ਅੱਲਾਹ ਪਾਕ ਸਾਨੂੰ ਹਿੰਮਤ ਦਿੰਦਾ ਰਹੇ, ਅਸੀਂ ਆਮੀਨ ਆਉਂਦੇ ਰਹੀਏ।